ਜਦੋਂ ਬੱਬੇ ਨਾਲ ਆਵੇ ਉਦੋਂ ਅਹੰਕਾਰ, ਤੇ ਜਦੋਂ ਭੱਬੇ ਨਾਲ ਆਵੇ ਉਦੋਂ ਉਧਰ ਪੇਟ ਤੋਂ ਅਰਥ ਹੋਣਗੇ। ਜਿਵੇਂ ਅੰਮ੍ਰਿਤ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਉੱਥੇ ਪੇਟ ਲਈ ਆਇਆ। ਮਾਤਾ ਦੇ ਉਧਰ ਤੋਂ ਜਨਮ ਲੈਣਾ, ਉੱਥੇ ਕੁੱਲ ਦਾ ਥੋੜ੍ਹਾ ਮਸਲਾ ਹੈ। ਜਦੋਂ ਪਰਮਾਤਮਾ ਨੇ ਸਾਡੇ ਇਸ ਆਤਮਾ ਨੂੰ ਕਿਸੇ ਮਾਤਾ ਦੇ ਉਧਰ ਵਿੱਚ ਤਨ ਦੇ ਚੋਲੇ ਲਈ ਭੇਜਿਆ, ਤਾਂ ਉੱਥੇ ਪਹਿਲਾਂ ਇਹ ਪੁੱਛਦੇ ਹਾਂ ਵੀ ਮਾਤਾ ਪਹਿਲਾਂ ਇਹ ਦੱਸ ਵੀ ਤੂੰ ਕਿਹੜੀ ਬਰਾਦਰੀ ਨੂੰ ਬੁਲਾਉਣ ਕਰਦੀ, ਮੈਂ ਤਾਂ ਤੇਰੇ ਰਾਹੀਂ ਜਨਮ ਲਉ। ਨਹੀਂ, ਉੱਥੇ ਕੁੱਲ ਦਾ ਕੋਈ ਸਵਾਲ ਹੀ ਨਹੀਂ। ਝਗੜੇ ਤਾਂ ਸੰਸਾਰ 'ਚ ਬੰਦਾ ਜਨਮ ਲੈਂਦਾ, ਅਤੇ ਇੱਥੇ ਮੈਂ ਫਲਾਣਾ ਆ, ਮੇਰੀ ਧਮਕਾਣਾ ਬਰਾਦਰੀ ਹੈ, ਮੇਰੀ ਫਲਾਣਾ ਆ। ਮਰ ਕੇ ਗਏ ਅੱਗੇ, ਅਤੇ ਬਾਬਾ ਜੀ ਕਹਿੰਦੇ ਨੇ ਅੱਗੇ ਫਿਰ ਬਰਾਦਰੀ ਵਾਲਾ 'ਚ। ਇੱਥੇ ਹੀ ਇਹਨੇ ਬੰਦੇ ਨੇ ਇਸ ਤਾਣੇ ਬਾਣੇ ਨੂੰ ਬੁਣਿਆ ਹੋਇਆ। ਉਹ ਕਹਿੰਦੇ ਨੇ ਇੱਥੇ ਵੀ ਨਿਕਲੋ, ਜਦੋਂ ਅੱਗੇ ਜ਼ਾਤ ਨਾ ਜ਼ੋਰ ਹੈ ਅੱਗੇ ਜੀਓ ਨਵੇਂ, ਰੋਜ਼ ਸੁਣਦੇ ਵੀ ਹਾਂ, ਅਤੇ ਫਿਰ ਇੱਥੇ ਤੂੰ ਕਾਹਦੀਆਂ ਤਖਤੀਆਂ ਆਪਣੇ ਦਰਵਾਜ਼ਿਆਂ 'ਤੇ ਲਿਖ ਲਿਖ ਕੇ ਲਾਈਆਂ ਹੋਈਆਂ, ਨਾ ਲਾ। ਇਹਦੇ ਨਾਲ ਹੰਕਾਰ ਨੂੰ ਹੋਰ ਪੱਠੇ ਪੈਂਦੇ ਨੇ, ਇਹਦੇ ਨਾਲ ਦਿਮਾਗ ਹੋਰ ਖਰਾਬ ਹੁੰਦਾ। ਇਹ ਪਹਿਲਾਂ ਹੀ ਠੀਕ ਨਹੀਂ, ਤੂੰ ਹੋਰ ਉੱਤੋਂ ਖਰਾਬ ਕਰਨ ਵਾਲਾ ਮੂਡ ਬਣਾਈ ਬੈਠਾ। ਦੇਖੋ ਨਾ, ਇੱਕ ਬੰਦਾ ਬਿਮਾਰ ਹੋਏ, ਪਹਿਲਾਂ ਹੀ ਉਹ ਤੰਦਰੁਸਤ। ਇੱਕ ਬਿਮਾਰੀ ਹੈ, ਇੱਕ ਉੱਤੋਂ ਹੋਰ ਇੱਦਾਂ ਦੀਆਂ ਚੀਜ਼ਾਂ ਉਹਨੂੰ ਖਵਾਈ ਜਾਓ ਵੀ ਸਗੋਂ ਅਸੀਂ ਇੱਦਾਂ ਹੀ ਕਰ ਰਹੇ ਹਾਂ। ਇਹ ਪਹਿਲੋਂ ਹੀ ਆਤਮਾ, ਇਹਦਾ ਹਾਜ਼ਮਾ ਦਰੁਸਤ ਨਹੀਂ, ਉਤੋਂ ਹੰਕਾਰ ਦੇ ਕੜਛੇ ਹੋਰ ਭਰ ਭਰ ਕੇ, ਜਾਤ ਦਾ, ਬਰਾਦਰੀ ਦਾ, ਗੋਤ ਦਾ, ਧਨ ਦਾ, ਦੌਲਤ, ਪਤਾ ਨਹੀਂ ਕੀ ਕੁਛ ਹੋਰ ਭਰੀ ਜਾ ਰਿਹਾ। ਬਾਣੀਕਾਰਾਂ ਨੂੰ ਸਾਡੇ 'ਤੇ ਤਰਸ ਆਉਂਦਾ ਹੈ, ਅਤੇ ਉਹ ਤਰਸ ਖਾ ਕੇ ਕਹਿੰਦੇ ਨੇ ਇਹ ਕੁਝ ਨਾ ਕਰੋ, ਤੁਹਾਡੇ ਲਈ ਨੁਕਸਾਨਦਾਇਕ ਹੈ। ਜਿਹੜੇ ਸੁਣ ਕੇ ਛੱਡ ਦੇਣਗੇ ਉਹਨਾਂ ਨੂੰ ਭਲਾ ਹੋ ਜਾਏਗਾ, ਅਤੇ ਜਿਨ੍ਹਾਂ ਇੱਕ ਕੰਨ 'ਚੋਂ ਸੁਣੀ ਦੂਜੇ ਕੰਨ ਥਾਨੀ ਕੱਢ ਦਿੱਤੀ, ਉਹਨਾਂ ਦਾ ਭਲਾ ਕੀ ਹੋਣਾ ਹੈ। ਕਹਿੰਦੇ ਨੇ ਗਰਭਵੰਤੀ ਕਾ ਨਾ ਹੀ ਠਾਓ, ਹੰਕਾਰ ਵਤੀ ਜਿੰਦ ਦਾ ਕੋਈ ਥਾਂ ਕੋਈ ਟਿਕਾਣਾ ਨਹੀਂ। ਹੰਕਾਰੀ ਬੰਦੇ ਨੂੰ ਕੌਣ ਥਾਂ ਦਿੰਦਾ? ਕੋਈ ਨਹੀਂ। ਤੇਰੀ ਗਰਦਨ ਉੱਪਰ ਲਵੈ ਕਾਉ, ਬਜ਼ੁਰਗ ਨਾ ਹੁਣ ਤਾਂ ਨਹੀਂ, ਪਿੰਡਾਂ ਨਗਰਾਂ 'ਚ ਨਾ ਕੋਈ ਬਹੁਤਾ ਚੰਬ ਲਿਆ ਹੋਵੇ, ਮੱਛਰਿਆ ਹੋਵੇ, ਬੰਦੇ ਨੂੰ ਬੰਦਾ ਨਾ ਕਦੀ ਕਿਸੇ ਨਾਲ ਕਦੀ ਕਿਸੇ ਦਾ ਸਿਰ ਹਾਕੀ ਲੈ ਕੇ ਪਾੜ ਆਉਣਾ, ਉਹ ਫਿਰ ਆਪਣੇ ਮੁੰਡੇ ਨੂੰ ਕਹਿੰਦੇ ਵੀ ਇਉਂ ਲੱਗਦਾ ਤੇਰੀ ਗਰਦਨ 'ਤੇ ਕਾਂ ਲਾਉਂਦਾ, ਭਾਵ ਤੇਰੇ ਦਿਨ ਥੋੜ੍ਹੇ ਲੱਗਦੇ ਨੇ। ਤੂੰ ਨਿੱਤ ਕਿਸੇ ਨਾ ਕਿਸੇ ਨੂੰ ਕੁੱਟ ਫਾਂਟ ਆਉਂਦਾ, ਨਿੱਤ ਠਾਣੇ ਪਠਾਣੇ, ਨਿੱਤ ਪਰੇ ਵਿੱਚ ਇਉਂ ਲੱਗਦਾ ਵੀ ਕੋਈ ਨਾ ਕੋਈ ਇੱਕ ਦਿਨ ਤੈਨੂੰ ਮਾਰ ਕੱਢੇਗਾ, ਜਿੱਦਾਂ ਦੇ ਤੇਰੇ ਕੰਮ ਨੇ। ਲੱਗਦਾ ਤੇਰੀ ਗਰਦਨ 'ਤੇ ਕਾਂ ਲਾਉਂਦਾ ਵੀ ਥੋੜ੍ਹੇ ਦਿਨ ਨੇ ਤੇਰੇ। ਭਗਤ ਜੀ ਇਸੇ ਭਾਵ ਤੋਂ, ਗਰਭਵੰਤੀ ਕਾ ਨਾ ਹੀ ਠਾਉ, ਤੇਰੀ ਗਰਦਨ ਉੱਪਰ ਲਵੈ ਕਾਉ, ਕਾਂ ਲਾਉਂਦਾ ਆ ਜਿਸ ਸਰੀਰ ਦਾ ਮਾਣ ਅਹੰਕਾਰ, ਇਹਨੂੰ ਵੇਖ ਕੇ ਤੂੰ ਭੁੱਲਿਆ ਬੈਠਾ। ਨਾ ਭੁੱਲ, ਇੱਕ ਦਿਨ ਇਹ ਸਰੀਰ ਤੇਰੇ ਕੋਲ ਨਹੀਂ ਰਹਿਣਾ। ਤੂੰ ਕਾਏ ਗਰਭ ਹੈ ਬਾਬਲੀ, ਹੇ ਜਿੰਦੇ ਤੂੰ ਬੜਾ ਹੰਕਾਰ, ਕਾਹਦਾ ਹੰਕਾਰ ਮਾਣ ਕਰ ਰਹੀ? ਤੂੰ ਕਾਏ ਗਰਭ ਹੈ ਬਾਬਲੀ, ਜੈਸੇ ਭਾਦੋ ਖੂਬ ਰਾਜ, ਤੂੰ ਤਿਸ 'ਤੇ ਖਰੀ ਉਤਾਵਲੀ। ਜਿੰਦੇ ਤੂੰ ਇਹ ਸਮਝ ਚੁੱਕੀ ਹੈ ਵੀ ਆਹ ਸਰੀਰ ਜਿਸ ਦਿਨ ਲੈ ਕੇ ਜਿਸ ਮਾਂ ਬਾਪ ਦੇ ਘਰ ਪੈਦਾ ਹੋਏ, ਕੋਠੀ ਬੜੀ ਵੱਡੀ ਸੀ, ਕਾਰਾਂ ਸਨ, ਜ਼ਮੀਨ ਭੋਏ ਭਾਂਡਾ ਸੀ, ਦੋ ਚਾਰ ਭੈਣ ਭਰਾ ਸਨ, ਅਤੇ ਅਸੀਂ ਸਮਝਦੇ ਹਾਂ ਵੀ ਇਹ ਜੋ ਕੁਝ ਮਿਲਿਆ ਇਹ ਸਦੀਵੀ ਹੁਣ ਨਹੀਂ ਮੇਰੇ ਕੋਲ ਜਾਣ ਵਾਲਾ, ਪਰ ਨਹੀਂ। ਵੇਖੀ ਇੱਥੇ ਆਪਣੀ ਆਪਣੀ ਵਾਰੀ ਮੁਤਾਬਕ ਹੌਲੀ ਹੌਲੀ, ਤੈਨੂੰ ਪਤਾ ਵੀ ਨਹੀਂ ਲੱਗਣਾ, ਇੱਕ ਵਾਰੀ ਵਿੱਚੋਂ ਬਾਪੂ ਨੇ ਚਲ ਜਾਣਾ, ਸਾਲ ਕੁ ਬਾਅਦ ਮਾਂ ਵੀ ਤੁਰ ਗਈ, ਫਿਰ ਭਾਈ ਵੀ, ਭੈਣਾਂ ਵੀ, ਹੁਣ ਇੱਦਾਂ ਕਰ ਪਤਾ ਨਹੀਂ ਲੱਗ ਰਿਹਾ, ਛੋਪਲੇ ਜੇ ਹੌਲੀ ਹੌਲੀ ਇੱਕ ਇੱਕ ਕਰਕੇ ਤੁਰੇ ਜਾ ਰਹੇ, ਅਤੇ ਇੱਦਾਂ ਇੱਕ ਦਿਨ ਵਾਰੀ ਆਪਣੀ ਵੀ ਆ ਜਾਣੀ। ਸਮਝ ਜਿੰਦੇ,
ਤੂੰ ਕਾਏ ਗਰਭ ਹੈ ਬਾਬਲੀ, ਕਾਹਦਾ ਹੰਕਾਰ ਮਾਣ ਕਰ ਰਹੀ ਹੈ। ਤੇਰੀ ਜਿਹੜੀ ਮਿਆਦ ਹੈ ਨਾ ਮਿਆਦ, ਭਗਤ ਜੀ ਫਿਰ ਗੱਲ ਕਰਦੇ ਨੇ ਵੀ ਤੇਰੀ ਮਿਆਦ ਦਾ ਕੋਈ ਭਰੋਸਾ ਨਹੀਂ, ਕਦੋਂ ਐਕਸਪਾਇਰ ਹੋ ਜਾਏ ਤੂੰ, ਕਦੋਂ ਕੋਈ ਗਰੰਟੀ ਨਹੀਂ। ਉਹ ਸਾਡੇ ਸਾਹਮਣੇ ਨੇ ਇੱਕ ਤੁੱਛ ਜਿਹਾ ਭਾਦੋਂ ਦੇ ਮਹੀਨੇ ਵਿੱਚ, ਹੁਣ ਤਾਂ ਖੁੰਬਾਂ ਦੀ ਵੈਸੇ ਖੇਤੀ ਹੋਣ ਲੱਗ ਗਈ ਹੈ, ਪਰ ਪਹਿਲਾਂ ਇਹ ਖੁੰਬਾਂ ਦੀ ਖੇਤੀ ਕੋਈ ਨਹੀਂ ਸੀ ਹੁੰਦੀ, ਸਿਰਫ ਸਾਉਣ ਭਾਦੋਂ ਦੇ ਦਿਨਾਂ 'ਚ ਮੀਂਹ ਪੈਣੇ ਅਤੇ ਉਸ ਮੀਂਹ ਨਾਲ ਭੋਏ ਜ਼ਮੀਨ ਵੱਤਰ ਹੋ ਜਾਣੀ ਅਤੇ ਜਿਹੜਾ ਬੀਜ ਹੋਣਾ ਨਾ ਉਹ ਰੂੜੀਆਂ 'ਤੇ ਮਲੀ ਦੇ ਗੰਦਗੀ ਦੇ ਢੇਰਾਂ 'ਤੇ ਪਿਆ ਹੋਣਾ ਉਹ ਉੱਪਰੋਂ ਪਏ ਹੋਏ ਮੀਂਹ ਦੇ ਪਾਣੀ ਨਾਲ ਗਿੱਲਾ ਹੋ ਕੇ ਵੱਤਰ ਹੋ ਕੇ ਅਤੇ ਉਹਨੇ ਭਾਦੋਂ ਦੀ ਥੋੜ੍ਹੀ ਜਿਹੀ ਚਮਕ ਦੀ ਧੁੱਪ ਨਾਲ ਉਹ ਜੱਕ ਲਖਤ ਉਹਦਾ ਜਨਮ ਹੋ ਜਾਂਦਾ ਸੀ। ਅਤੇ ਬੰਦਾ ਫਿਰ ਸੋਚਦਾ ਵੀ ਉਹਨਾਂ ਨੂੰ ਤੋੜ ਕੇ ਚਲੋ ਸਬਜ਼ੀ ਭਾਜੀ ਬਣਾ ਲਾਂਗੇ। ਉਹ ਜਿਹੜੀ ਖੁੰਬ ਹੈ ਨਾ ਉਹ ਕਈ ਮਹੀਨਿਆਂ ਤੱਕ ਨਹੀਂ ਰਹਿੰਦੀ, ਥੋੜ੍ਹੀ ਜਿਹੀ ਧੁੱਪ ਜ਼ਿਆਦਾ ਲੱਗੀ ਅਤੇ ਉਹ ਵਜੂਦ ਹੀ ਉਹਦਾ ਖਤਮ ਹੋ ਜਾਂਦਾ, ਗਲ ਜਾਂਦੀ ਹੈ, ਸੜ ਜਾਂਦੀ ਹੈ, ਨਹੀਂ ਇੰਨੀ ਸੋਲ ਹੁੰਦੀ, ਧੁੱਪ ਨਹੀਂ ਸਾਰ ਸਕਦੀ। ਪਰ ਇਹ ਕਹਿ ਸਕਦੇ ਹਾਂ ਵੀ ਕੋਈ ਇੱਕ ਦੋ ਪੈਰ ਉੱਗੀ ਖੁੰਬ ਕੱਢ ਜਾਏਗੀ, ਮਾੜੀ ਜਿਹੀ ਧੁੱਪ ਦਾ ਚਲਕਾਰਾ ਪਿਆ ਅਤੇ ਕੰਮ ਖਤਮ। ਇਹ ਤਾਂ ਖੁੰਬ ਦੀ ਗੱਲ ਹੈ, ਪਰ ਤੇਰੇ ਇਸ ਸਰੀਰ ਦਾ ਇੰਨਾ ਵੀ ਭਰੋਸਾ ਕੋਈ ਨਹੀਂ ਵੀ ਇਹਨੇ ਕਿਹੜੇ ਵੇਲੇ ਚਲੇ ਜਾਣ, ਫਿਰ ਮਾਣ ਕਾਹਦਾ, ਫਿਰ ਗਰੂਰ ਕਾਹਦਾ, ਨਾ ਕਰ। ਜਿਹੜਾ ਕੰਮ ਤੇਰੇ ਕਰਨ ਵਾਲਾ ਹੈ ਉਹ ਹੈ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ, ਉਹਦਾ ਧੰਨਵਾਦ ਕਰਨਾ, ਉਹਦੇ ਤੋਂ ਸਦਕੇ ਜਾਣਾ, ਦਾਤਿਆ ਤੂੰ ਆ ਸਰੀਰ ਦਿੱਤਾ ਹੈ ਅਤੇ ਤੇਰਾ ਧੰਨਵਾਦ, ਇਹ ਮੇਰੇ ਕੋਲੋਂ ਨਾ ਹੁੰਦਾ ਅਤੇ ਫਿਰ ਮੈਂ ਕੀ ਕਰ ਸਕਦਾ ਸੀ। ਪਰ ਐਸਾ ਨਹੀਂ ਕਰਦਾ ਬੰਦਾ, ਬਚਨ ਬਖਸ਼ਿਸ਼ ਕੀਤੋ ਨੇ ਤੂੰ ਕਾਏ ਗਰਭ ਹੈ ਬਾਵਲੀ ਜੈਸੇ ਭਾਦੋਂ ਖੁੰਭ ਰਾਜ, ਜਿਵੇਂ ਭਾਦੋਂ ਦੇ ਮਹੀਨੇ ਵਿੱਚ ਖੁੰਭ ਪੈਦਾ ਹੋਈ, ਤੂੰ ਤਿਸ 'ਤੇ ਖਰੀ ਉਤਾਵਲੀ, ਤੇਰੇ ਵਿੱਚ ਇਸ ਸਰੀਰ ਦਾ ਜਿਹਦਾ ਤੂੰ ਮਾਣ ਕਰਦੀ ਏ ਇੰਨਾ ਇੰਨਾ ਜਾਣ ਲਈ ਉਤਾਵਲੀ ਹੈ ਵੀ ਇਹਦਾ ਕੋਈ ਭਰੋਸਾ ਨਹੀਂ, ਕੋਈ ਯਕੀਨ ਨਹੀਂ। ਅੱਗੇ ਕਹਿੰਦੇ ਨੇ ਜੈਸੇ ਕੁਰੰਕ ਨਹੀਂ ਪਾਇਓ ਭੇਦ, ਕੁਰੰਕ ਹਿਰਨ ਉਹਦੀ ਵਿਚਾਰੇ ਦੀ ਕਹਿ ਲਓ ਵੀ ਇੱਕ ਕਮਜ਼ੋਰੀ ਹੈ, ਜਦੋਂ ਸ਼ਿਕਾਰੀ ਨੇ ਹੁਣ ਤਾਂ ਪਾਬੰਦੀਆਂ ਲਾਤੀਆਂ ਨਾ ਗੌਰਮੈਂਟ ਨੇ ਬਈ ਹਿਰਨ ਦਾ ਮਿਰਗ ਦਾ ਸ਼ਿਕਾਰ, ਕਿਉਂਕਿ ਘੱਟ ਗਈ ਗਿਣਤੀ, ਪਹਿਲਾਂ ਜੰਗਲ ਵੇਲੇ ਜ਼ਿਆਦਾ ਸੀ ਅਤੇ ਆਜ਼ਾਦੀ ਨਾਲ ਜਾਨਵਰ ਜਿਹੜਾ ਹੈ ਉਹ ਰਹਿ ਸਕਦਾ ਸੀ, ਹੁਣ ਜੰਗਲ ਵੇਲੇ ਉੱਦਾਂ ਪੁੱਟ ਘੱਤੇ ਅਤੇ ਜਿਹੜੇ ਕੋਈ ਚਾਰ ਜਾਨਵਰ ਬਚੇ ਜਿਨ੍ਹਾਂ ਦਾ ਸੂਝਵਾਨ ਲੋਕਾਂ ਨੂੰ ਪਤਾ ਚੱਲਿਆ ਵੀ ਇਹ ਘੱਟਦਿਆਂ ਘੱਟਦਿਆਂ ਖਤਮ ਹੋ ਜਾਣਗੇ, ਉਹਨਾਂ ਲਈ ਫਿਰ ਕੋਈ ਨਾ ਕੋਈ ਚਿੜੀਆ ਘਰ ਕੋਈ ਇੱਦਾਂ ਦੇ ਉਹਨਾਂ ਨੇ ਪ੍ਰੋਗਰਾਮ ਉਲੀਕਿਆ ਵੀ ਜਿੱਥੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਏ, ਔਰ ਕਾਨੂੰਨ ਪਾਸ ਹੋਇਆ ਵੀ ਫਲਾਂ ਫਲਾਂ ਪੰਛੀ ਦਾ ਸ਼ਿਕਾਰ ਕੋਈ ਵੀ ਨਹੀਂ ਕਰ ਸਕਦਾ, ਜਿਹੜਾ ਕਰੇਗਾ ਉਹਦੇ 'ਤੇ ਕੇਸ ਚੱਲੇਗਾ। ਜੈਸੇ ਕੁਰੰਕ ਨਹੀਂ ਪਾਇਓ ਭੇਦ, ਹਿਰਨ ਦੀ ਇੱਕ ਕਮਜ਼ੋਰੀ ਹੈ ਵਿਚਾਰੇ ਦੀ, ਬਈ ਉਹਦੀ ਨਾਭੀ ਵਿੱਚ ਨਾ ਕਸਤੂਰੀ, ਹੁਣ ਉਹਨੂੰ ਸੁਗੰਧੀ ਆਉਂਦੀ ਹੈ, ਔਰ ਉਹਨੂੰ ਇਉਂ ਲੱਗਦਾ ਵੀ ਜਿਵੇਂ ਇਹ ਸੁਗੰਧੀ ਕਿਤਿਓਂ ਬਾਹਰੋਂ ਆ ਰਹੀ ਹੈ, ਉਹ ਬਾਹਰ ਖੋਜਦਾ ਫਿਰਦਾ ਲੱਗ, ਪਰ ਉਹਨੂੰ ਭੁਲੇਖਾ ਹੈ ਵੀ ਹੈ ਉਹਦੇ ਸੁਗੰਧੀ ਅੰਦਰੋਂ ਆ ਰਹੀ ਸੀ। ਭਗਤ ਰਵਿਦਾਸ ਮਹਾਰਾਜ ਸਾਨੂੰ ਤੁਹਾਨੂੰ ਸਮੱਤ ਬਖਸ਼ਦੇ ਨੇ, ਜੈਸੇ ਕੁਰੰਕ ਨਹੀਂ ਪਾਇਓ ਭੇਦ, ਤਨ ਸੁਗੰਧ ਸਰੀਰ ਵਿੱਚੋਂ ਹੀ ਉਹਨੂੰ ਕਸਤੂਰੀ ਦੀ ਸੁਗੰਧੀ ਆ ਰਹੀ ਹੈ, ਪਰ ਢੂੰਡੇ ਪ੍ਰਦੇਸ਼ ਉਹ ਲੱਭਦਾ, ਕਦੀ ਕਿਤੇ ਕਦੀ ਕਿਤੇ ਬਾਹਰ ਭਟਕਦਾ ਫਿਰਦਾ। ਭਗਤ ਜੀ ਸਾਡਾ ਤੁਹਾਡਾ ਮਾਰਗ ਦਰਸ਼ਨ ਕਰਦੇ ਨੇ, ਇਸੇ ਤਰ੍ਹਾਂ ਪਰਮਾਤਮਾ ਇਸ ਸਰੀਰ ਦੇ ਅੰਦਰ ਹੈ, ਬੰਦਾ ਉਹਨੂੰ ਬਾਹਰੋਂ ਲੱਭ ਲਿਆ, ਕਦੀ ਕਿਤੇ ਟਿਕਟ ਕਟਾ ਕੇ ਪਲੇਨ ਚੜ੍ਹ ਜਾਂਦਾ, ਕਦੇ ਕਦੀ ਟ੍ਰੇਨ ਚੜ੍ਹ ਜਾਂਦਾ,
मैं पूर्व यात्रा करन चलिया, मैं पछम चलिया, मैं उत्तर चलिया, मैं दक्खण चलिया। तो भगत रविदास महाराज कहिंदे ने वो चौं दिशावां विच भ्रमण करन वालिया तू जिन्हों लभण तुरिया है वो तेरे अंदर है। देखो ना पेन असी रखाइए अपने दफ्तर विच ते सारे घर दी बंदा तलाशी लवे ते जिथे प्या है लभना तो उतों ही है ना। कोई चीज असी छड खेत आए हाँ तो लभ घरों रहे हैं, जिथे रखी है उतों ही लभेगी ना। परमात्मा जिथे रहिंदा जिथे वसदा बाणी कर कहिंदे भी वह हिरदे विच उतों नहीं बंदा लभ रहा, खोज ही बंदा पुठी कर रहा। जिथे परमात्मा वसदा रहिंदा जिन्हों बाणी कहिंदी घट ही भीतर जोए शरीर घर विच है, बंदे कदी गिरवान च झाती नहीं मारीए बाहर दे तोरे फिरते हुण मैं हजूर साहब चला हुण मैं फलानी थां चला मैं इन्नीवीं बार फलानी थां जा आया। वो जिन्हों लभण तुरै जिन्हों मिलन तुरै वो तेरे अंदर ही है, उन्हों पछाण उन्हों समझ उन्हों जान। पर असी नहीं गुरु की गल नूं सुनिया और जदों सुनिया ही नहीं तो मनण वाली तो गल बाद दी मनांगे तां ही ना, जदों ठीक ठीक गल खाने पई असी पैन ही कोई नहीं दिती, उन्हों कमाउणा की है। तो गुरु सवारी साध संगत भगत जी बख्शिश कर रहे ने, जैसे कुरंक नहीं पायो भेद तन सुगंध ढूंढै परदेस, आप तन का जो करे विचार तेस नहीं जम कंकर करे खुआर। जिन्हें अपने इस तन नूं विचार कीती ना भी मैं की हाँ, ये मेरे कोल सदा नहीं रहना, ये मैनू परमात्मा की बंदगी करन वास्ते मिलिया है, जिन्हें ये विचार कीती और इस विचार नूं अमल च लै आंदा भी इहदा मान ना करो, ये बिनस जाना है, ये बिनसन तो पहला पहला लाहा खट लो ते वो लाहा खट लिया। और कहिंदे ने फिर जिन्हें लाहा खट लिया जम कंकर जेड़ा है वह फिर इस उस आत्मा नूं खवार नहीं करेगा जिन्हें इस मनुखा जामे नूं लैके और परमात्मा की बंदगी कर ली। अगला वचन है भगत जी का, कहिंदे ने पुत्र कलत्र का करें अहंकार। पुत्र समझदे आ कलत्र इस्त्री, बाणी कहिंदी है भी इन्हां दा अहंकार ना कर। पुत्र मेरा है, स्त्री मेरी है, असी तुसी किसे तो कार मंग के लै जाइए कार, भी दो दिन वांडे जाना है, रिश्तेदारी च विआह है, जा मरना परना है ते जाना है, अजरा दही कार गड्डी अगला दे दवे। हुण असी उस मंग के कार गड्डी नूं किसे व्याह शादी च खुशी च शामिल होए हैं, उत्थे बंदा सारे आए हुए मेल नूं दसी जावे भी ये मैं लई ये मेरी ये मेरी ये, ते गल गलत है ना। सानू तां ही मंग भी लियांदी किसे दी, दो दिनां बाद उन्हूं वापस देनी, ना दित्ती ते अगला मंगण आ जाएगा भी लिया भाई तू तां पक्का ही कब्जा करके बह गए। इसे तरह खूब खूब ये पुत्र ये इस्त्री ये मां ये बाप ये घर सब कुछ साड़ी मत नूं टिकाने करन वास्ते भगत रविदास महाराज कहिंदे ने बई ये तेरे नहीं। बचन पढ़ दियो ना भगत कबीर साहब दा, या धन जोबन जवानी ते धन आर सुत दारा पुत्र ते इस्त्री पेखन को जो दयो। ये तैनू मालक ने इसलिए दिते सी भी तेरा तू उदास ना होवें, हाथ ते हाथ धर के ना बह जे भई हाए मेरा कोई, ये पेखन को जो दयो तेरा जी लगा रवे।
ਇਹ ਤੇਰਾ ਜੀ ਲਾਉਣ ਵਾਸਤੇ ਅਕਾਲ ਪੁਰਖ ਪਰਮਾਤਮਾ ਨੇ ਦਿੱਤੇ ਸੀ ਭਈ ਤੂੰ ਕਿਤੇ ਦਿਲ ਹੀ ਨਾ ਛੱਡ ਜਾਏ। ਪਰ ਇਨਹੀਂ ਮੈਂ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਇਓ, ਮਾਮਲਾ ਉੱਥੇ ਖਰਾਬ ਹੋ ਗਿਆ ਜਦੋਂ ਇਹਨਾਂ ਚਿੱਤ ਲਾਉਣ ਵਾਲਿਆਂ ਨੂੰ ਬੰਦੇ ਨੇ ਆਪਣਾ ਸਮਝ ਲਿਆ ਵੀ ਇਹ ਮੇਰੇ ਨੇ, ਪੁੱਤਰ ਮੇਰਾ ਹੈ, ਮਕਾਨ ਮੇਰਾ ਹੈ, ਘਰ ਮੇਰਾ ਹੈ, ਜ਼ਮੀਨ ਮੇਰੀ ਹੈ। ਇੱਥੇ ਸਾਰੀ ਕਹਾਣੀ ਉਲਝ ਗਈ, ਤੇਰਾ ਕੁਛ ਵੀ ਨਹੀਂ, ਸਿਰਫ ਤੇਰਾ ਮਨੋਰੰਜਨ ਕਰਨ ਵਾਸਤੇ ਅਕਾਲ ਪੁਰਖ ਪਰਮਾਤਮਾ ਨੇ ਘਰ, ਧੀਆਂ ਪੁੱਤਰ, ਮਾਪੇ, ਘਰਵਾਲੀ, ਇਹ ਸਾਰਾ ਕੁਛ ਦਿੱਤਾ ਵੀ ਤੇਰਾ ਜੀ ਲੱਗਾ ਰਹੇ। ਤੂੰ ਇਹਨਾਂ 'ਤੇ ਕਬਜ਼ਾ ਕਰਕੇ ਬਹਿ ਗਿਆ, ਖੂਬ ਹੂ ਉੱਦਾਂ ਵੀ ਕਾਰ ਮੰਗ ਕੇ ਲੈ ਜਾਈਏ ਕਿਸੇ ਦੀ ਰਿਸ਼ਤੇਦਾਰੀ ਵਿੱਚ ਵਿਆਹ 'ਤੇ, ਅਤੇ ਮੰਗ ਵੀ ਕਾਰ ਉੱਥੇ ਲੋਕਾਂ ਨੂੰ ਪ੍ਰਚਾਰ ਕਰਕੇ ਦੱਸੀਏ ਵੀ ਇੰਨੇ ਲੱਖ ਦੀ ਮੈਂ ਲਈ ਹੈ। ਨਹੀਂ, ਮੰਗ ਵੀ ਲਿਆਂਦੀ ਭਰਾਵਾ, ਕੱਲ੍ਹ ਨੂੰ ਜਾ ਕੇ ਵਾਪਸ ਕਰ ਦੇਣੀ। ਇਹ ਸਰੀਰ, ਆ ਘਰ ਬਾਰ, ਧੀਆਂ ਪੁੱਤਰ ਮਾਲਕ ਨੇ ਮੈਨੂੰ ਦਿੱਤੇ ਨੇ ਵੇਖਣ ਵਾਸਤੇ, ਇਹ ਉਹਦੇ ਨੇ, ਉਹਨੇ ਲੈ ਲੈਣੇ ਨੇ ਵਾਪਸ, ਕਿਉਂਕਿ ਉਹਦਾ ਨਿਜ਼ਮ ਬੜਾ ਜਿਹਨੂੰ ਅਸੀਂ ਤੋੜ ਨਹੀਂ ਸਕਦੇ, ਜਿਹਦੇ 'ਚ ਅਸੀਂ ਖਲਲ ਵੀ ਨਹੀਂ ਪਾ ਸਕਦੇ, ਜਿਹਨੂੰ ਅਸੀਂ ਬਦਲ ਵੀ ਨਹੀਂ ਸਕਦੇ। ਇਹ ਉਹਦੀ ਹੈ ਔਰ ਉਹਦੀ ਅਮਾਨਤ, ਉਹਨੂੰ ਵਾਪਸ ਕਰਨੀ ਪੈਣੀ। ਔਰ ਆਪਣੇ ਆਪ ਉਹਦੇ ਨਿਜ਼ਮ ਨੇ ਆਪਣੀਆਂ ਦਿੱਤੀਆਂ ਦਾਤਾਂ ਨੂੰ, ਪਰਮਾਤਮਾ ਆਪਣੀ ਅਮਾਨਤ ਨੂੰ ਆਪੇ ਵਾਪਸ ਲੈ ਲੈਂਦਾ, ਸਾਨੂੰ ਕਈ ਵਾਰ ਪਤਾ ਵੀ ਨਹੀਂ ਚੱਲਦਾ। ਬਾਬਾ ਜੀ ਦੀ ਬਾਣੀ ਕਹਿੰਦੀ ਹੈ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਖੂਹ ਸੁੱਖ ਹੋਏ। ਪਰਾਈ ਗੱਡੀ ਮੰਗ ਕੇ ਲੈ ਆਈਏ, ਉਹਨੂੰ ਵਾਪਸ ਕਰ ਦਿਆਂਗੇ ਤਾਂ ਗੱਲ ਠੀਕ ਰਹੇਗੀ, ਨਾ ਕਰਾਂਗੇ ਅਗਲਾ ਘਰੇ ਆਜੂ, ਪਰੇ ਦੇ ਵਿੱਚ ਚਾਰ ਬੰਦਿਆਂ 'ਚ ਕਹੂਗਾ ਵੀ ਆਹ ਬੰਦਾ ਇੱਦਾਂ ਦੇ, ਜੇ ਇਹਨੂੰ ਮੰਗਵੀਂ ਸਾਈਕਲ ਵੀ ਨਾ ਦਿਆ, ਜੇ ਇਹ ਵਾਪਸ ਨਹੀਂ ਜੇ ਕਰਦਾ, ਇੱਕ ਵਾਰੀ ਲੈ ਜਾਂਦਾ ਅਤੇ ਮੁੜ ਕੇ ਕਬਜ਼ਾ ਕਰਕੇ ਬਹਿ ਜਾਂਦਾ ਵੀ ਇਹ ਮੇਰੀ ਆ, ਮੋੜਦਾ ਨਹੀਂ, ਭੁੱਲ ਜਾਂਦਾ। ਜਿਹੜਾ ਮੋੜ ਦੇਵੇ ਉਹ ਫਿਰ ਮੰਗਣ ਜਾਵੇ ਅਤੇ ਅਗਲਾ ਆਸ ਕੇ ਕਹਿੰਦਾ ਕੋਈ ਗੱਲ ਨਹੀਂ ਲੈ ਜਾ। ਅਸੀਂ ਸਭ ਕੁਛ ਲੈ ਕੇ ਜੇ ਕਬਜ਼ਾ ਕਰਕੇ ਬਹਿ ਕੇ ਨਾ ਵੀ ਮੇਰਾ, ਅਤੇ ਅਗਲੀ ਵਾਰ ਇਹਦੇ ਤੋਂ ਵੀ ਜਾਵਾਂਗੇ। ਮਾਲਕ ਨੇ ਨਹੀਂ ਦੇਣਾ, ਉਹਨੇ ਕਹਿਣਾ ਜਾ ਤੂੰ ਐਡਾ ਬੇਈਮਾਨ ਹੈ, ਤੂੰ ਇੱਕ ਵਾਰ ਚੀਜ਼ ਲੈ ਕੇ ਅਤੇ ਮੁੜ ਕੇ ਤੂੰ ਵਾਪਸ ਕਰਨ ਦਾ ਚੇਤਾ ਹੀ ਦਿਲੋਂ ਕੱਢ ਦੇਣਾ, ਜਾ ਤੈਨੂੰ ਨਹੀਂ ਦੇਣਾ। ਇਹ ਚੇਤੇ ਰੱਖਣਾ ਚਾਹੀਦਾ। ਭਗਤ ਰਵਿਦਾਸ ਮਹਾਰਾਜ ਕਹਿੰਦੇ ਨੇ, ਪੁੱਤਰ ਕਲੱਤਰ ਕਾ ਕਰੈ ਅਹੰਕਾਰ, ਜਿਹੜਾ ਪੁੱਤਰਾਂ ਦਾ, ਘਰ ਦਾ, ਇਸਤਰੀ ਦਾ, ਇਰਦ ਗਿਰਦ ਜੋ ਵੀ ਹੈ ਕੁਟੰਬ, ਇਹਦਾ ਅਹੰਕਾਰ ਕਰੇ, ਆਫਰਿਆ ਫਿਰੇ ਸਾਰਾ ਕੁਛ ਵੇਖ ਕੇ, ਕਹਿੰਦੇ ਨੇ ਨਾ ਕਰੋ, ਕਿਉਂਕਿ ਠਾਕੁਰ ਲੇਖਾ ਮੰਗਣਹਾਰ, ਪਰਮਾਤਮਾ ਨੇ ਨਾ ਲੇਖਾ ਮੰਗਣਾ। ਲੇਖਾ ਮੰਗਣ ਤੋਂ ਮੁਰਾਦ ਬੇਨਤੀ ਕੀਤੀ ਵੀ ਕਿਸੇ ਦੀ ਚੀਜ਼ ਮੰਗ ਲਈਏ, ਪਰਤ ਕੇ ਵਾਪਸ ਕਰਨ ਦਾ ਨਾਂ ਹੀ ਨਾ ਲਈਏ, ਭੁੱਲ ਹੀ ਜਾਈਏ, ਅਗਲਾ ਫਿਰ ਬੂਹੇ ਆ ਕੇ ਖੜੋ ਜਾਂਦਾ ਵੀ ਮੇਰੀ ਫਲਾਣੀ ਚੀਜ਼ ਫਲਾਣੇ ਦੇ ਲਿਆਂਦੀ ਸੀ, ਵਾਪਸ ਕਰ, ਮੇਰੀ ਹੈ, ਮੈਂ ਲੈਣਾ ਆ। ਇਸੇ ਤਰ੍ਹਾਂ ਮਾਲਕ ਨੇ ਲੇਖਾ ਮੰਗਣਾ ਵੀ ਤੂੰ ਤਾਂ ਕਬਜ਼ਾ ਕਰਕੇ ਬਹਿ ਗਿਓ, ਤੈਨੂੰ ਦਿੱਤੇ ਸੀ ਵੀ ਚਾਰ ਦਿਨ ਤੇਰਾ ਜੀ ਲੱਗਾ ਰਹੇ, ਪਰ ਤੂੰ ਤਾਂ ਮੋੜਨ ਦਾ ਨਾਮ ਹੀ ਮੁੱਕਰ ਹੀ ਗਿਆ, ਔਰ ਲੋਕਾਂ 'ਚ ਤੂੰ ਪ੍ਰਚਾਰ ਕਰ ਰਿਹਾ ਆ ਮੇਰਾ, ਉਹ ਮੇਰਾ, ਘਰ ਮੇਰਾ। ਦੇਖੋ ਬਾਣੀਕਾਰ ਸਦਕੇ ਜਾਈਏ, ਉਹ ਕਹਿੰਦੇ ਵੀ ਆ ਜੋ ਕੁਝ ਵਾਹਿਗੁਰੂ ਪਰਮਾਤਮਾ ਨੇ ਤੈਨੂੰ ਬਖਸ਼ਿਸ਼ ਕੀਤਾ, ਇਹਨੂੰ ਜਿਸ ਢੰਗ ਨਾਲ ਤੂੰ ਪਕੜ ਗੰਢ ਮਾਰ ਕੇ ਬੈਠਾ, ਇਹ ਤੇਰੇ ਲਈ ਖਤਰਨਾਕ ਹੈ, ਗੰਢ ਮਾਰ ਕੇ ਵੀ ਇਹ ਤੇਰਾ ਨਹੀਂ ਰਹਿਣਾ, ਇਹਦੇ ਨਾਲੋਂ ਇਹ ਚੰਗਾ ਹੈ ਬਈ ਇਹਦੇ 'ਤੇ ਪਕੜ ਨਾ ਬਣਾ, ਬਲਕਿ ਹਰ ਚੀਜ਼ ਦਾ ਜਿਹੜਾ ਲੁਤਫ ਹੈ, ਆਨੰਦ ਹੈ, ਉਹ ਤੂੰ ਲੈ, ਪਰ ਸ਼ੁਕਰਗੁਜ਼ਾਰ ਉਸ ਨਿਰੰਕਾਰ ਪਰਮਾਤਮਾ ਦਾ, ਉਹਦੀ ਅਮਾਨਤ ਹੈ, ਉਹਨੂੰ ਵਾਪਸ ਲਟਾਉਣੀ ਪੈਣੀ ਹੈ। ਅਸੀਂ ਉਲਟ ਕਰ ਗਏ, ਅਸੀਂ ਸਭ ਕੁਛ ਵੇਖ ਕੇ ਅਤੇ ਇਹਨੂੰ ਚੇਤੇ ਰੱਖਿਆ ਦੇਣ ਵਾਲੇ ਨੂੰ, ਭੁੱਲ ਗਏ।
ਸਾਡੇ ਲਈ ਖਤਰਨਾ। ਤੋ ਸਾਡਾ ਤੁਹਾਡਾ ਮਾਰਗ ਦਰਸ਼ਨ ਕਰ ਰਹੇ ਨੇ ਭਗਤ ਰਵਿਦਾਸ ਮਹਾਰਾਜ, ਅਤੇ ਉਹ ਕਹਿੰਦੇ ਬੰਦਿਆ ਸਮਝ, ਇਹ ਤੂੰ ਨਾ ਕਰ, ਜੋ ਤੂੰ ਕਰ ਇਹਦੇ ਨਾਲ ਦੁਖੀ ਹੋ ਰਿਹਾ। ਅਗਲੇਰੇ ਬਚਨ ਨੇ, ਫੇੜੇ ਕਾ ਦੁੱਖ ਸਹਿ ਜੀਓ, ਪਾਛੇ ਕਿਸੈ ਪੁਕਾਰੈ ਪੀਓ ਪੀਓ। ਫਿਰ ਜਿਹੜੇ ਪ੍ਰਭੂ ਦੇ ਬਣਾਏ ਹੋਏ ਨਿਯਮ ਨੇ ਨਾ, ਉਹਨਾਂ ਦਾ ਜੇ ਤੂੰ ਉਸ ਨਿਯਮ ਨੂੰ ਨਾ ਮੰਨਿਆ, ਬੜਾ ਦੁਖੀ ਹੋਏਗਾ। ਅਤੇ ਫਿਰ ਜਦੋਂ ਸਾਰਾ ਕੁਛ ਵਾਹਿਗੁਰੂ ਨੇ ਦਿੱਤਾ, ਵਾਪਸ ਲੈ ਲਿਆ ਉਹਦਾ ਨਿਯਮ ਹੈ, ਅਤੇ ਫਿਰ ਕਿਹਨੂੰ ਪਿਆਰਾ ਪਿਆਰਾ ਕਹਿ ਕੇ ਪੁਕਾਰੇਗਾ? ਉਹਦਾ ਨਿਯਮ ਹੈ। ਔਰ ਉਸ ਮਾਲਕ ਪਰਮਾਤਮਾ ਪ੍ਰਭੂ ਦਾ ਤੂੰ ਸ਼ੁਕਰਗੁਜ਼ਾਰ ਹੋ, ਉਹਦਾ ਧੰਨਵਾਦ ਕਰ, ਉਹਦੇ ਨਾਮ ਨੂੰ ਜਪ, ਤਾਂ ਜੋ ਤੇਰੀ ਇਸ ਆਤਮਾ ਦੇ ਭਲੇ ਲਈ ਪ੍ਰਭੂ ਦੀ ਯਾਦ, ਪ੍ਰਭੂ ਦਾ ਜਪਿਆ ਹੋਇਆ ਦਾਤੇ ਦਾ ਨਾਮ ਹੀ ਕੰਮ ਆਉਣ ਵਾਲਾ ਹੈ। ਅਖੀਰ ਵਿੱਚ ਕਹਿੰਦੇ ਨੇ, ਸਾਧੂ ਕੀ ਜੋ ਲਹਿ ਓਟ। ਸਾਧੂ ਗੁਰੂ, ਸਾਧੂ ਜਿਨ੍ਹਾਂ ਨੇ ਗੁਰੂ ਸਵਾਰੀ ਸਾਧ ਸੰਗਤ ਆਪਣੇ ਗੁਰੂ ਦੇ ਉਪਦੇਸ਼ ਦਾ ਓਟ ਆਸਰਾ ਲੈ ਲਿਆ, ਫਿਰ ਤੇਰੇ ਮਿਟੈ ਪਾਪ ਸਭ ਕੋਟ ਕੋਟ। ਇੱਥੇ ਕੋਟ ਗਿਣਤੀ ਦਾ ਲਖਾਇਕ ਹੈ। ਬਾਣੀ ਵਿੱਚ ਤਿੰਨ ਸਵਰੂਪ ਨੇ ਕੋਟ ਦੇ, ਤਿੰਨ ਤਰ੍ਹਾਂ ਨਾਲ ਲਿਖਿਆ ਬਾਣੀ ਅੰਮ੍ਰਿਤ ਬਾਣੀ ਵਿੱਚ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਕੱਕੇ ਨੂੰ ਹੋੜਾ, ਟੈਂਕੇ ਨੂੰ ਔਂਕੜ, ਇੱਕ ਵਚਨ। ਉੱਥੇ ਕੋਟ ਦਾ ਅਰਥ ਕਿਲ੍ਹਾ ਹੈ, ਇੱਕ ਕਿਲ੍ਹੇ ਦੀ ਗੱਲ। ਕੱਕੇ ਨੂੰ ਹੋੜਾ, ਟੈਂਕੇ ਦੀ ਔਂਕੜ ਉੱਡ ਗਈ, ਟੈਂਕਾ ਮੁਕਤਾ ਹੈ, ਕਈ ਕਿਲ੍ਹੇ। ਜਿਵੇਂ ਖੂਨ ਆਇਆ ਕੱਕੇ ਨੂੰ ਹੋੜਾ, ਟੈਂਕੇ ਨੂੰ ਸਿਹਾਰੀ, ਇਹਦਾ ਅਰਥ ਨਾ ਕਿਲ੍ਹਾ ਹੈ ਨਾ ਕਿਲ੍ਹੇ, ਇਹਦਾ ਅਰਥ ਹੈ ਕਰੋੜਾਂ ਗਿਣਤੀ ਲਈ, ਕਰੋੜਾਂ ਹੀ ਗਿਣਤੀ ਵਾਚਕ। ਕਹਿੰਦੇ ਨੇ ਭਾਈ, ਸਾਧੂ ਕੀ ਜੋ ਲਹਿ ਓਟ। ਜੇ ਤੂੰ ਕਿਤੇ ਗੁਰੂ ਦੇ ਉਪਦੇਸ਼ ਦਾ ਓਟ ਆਸਰਾ ਲੈ ਲਵੇਂ ਤਾਂ ਤੇਰੇ ਮਿਟੈ ਪਾਪ ਸਭ ਕੋਟ ਕੋਟ। ਤੇਰੀ ਜ਼ਿੰਦਗੀ ਵਿੱਚ, ਜੀਵਨ ਵਿੱਚ ਕੀਤੇ ਹੋਏ ਨਾ, ਇੱਕ ਨਹੀਂ, ਦੋ ਨਹੀਂ, ਹਜ਼ਾਰ ਨਹੀਂ, ਸੌ ਨਹੀਂ, ਕਰੋੜਾਂ ਕਰੋੜਾਂ ਕੀਤੇ ਹੋਏ ਪਾਪ ਮਿਟ ਸਕਦੇ ਨੇ ਕਦੋਂ? ਜਦੋਂ ਗੁਰੂ ਦਾ ਉਹ ਟਾਸਰਾ, ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਏਗਾ, ਗੁਰੂ ਦੇ ਕਹੇ ਹੋਏ ਉਪਦੇਸ਼ ਨੂੰ ਤੂੰ ਕਮਾ ਲਏਗਾ। ਮੈਨੂੰ ਭਾਈ ਵੀਰ ਸਿੰਘ ਜੀ ਉਹਨਾਂ ਦੇ ਜੀਵਨ ਦੇ ਨਾਲ ਸੰਬੰਧ ਰੱਖਦੀ ਇੱਕ ਘਟਨਾ, ਅਕਸਰ ਜਦੋਂ ਇੱਦਾਂ ਦੇ ਕਰੋੜਾਂ ਦੇ ਕੀਤੇ ਹੋਏ ਪਾਪ ਧੋਣ ਦੀ ਗੱਲ ਆਵੇ ਤਾਂ ਚੇਤੇ ਆਉਂਦੀ। ਭਾਈ ਵੀਰ ਸਿੰਘ ਕਹਿੰਦੇ, ਮੈਂ 9ਵੀਂ ਕਲਾਸ ਵਿੱਚ ਪੜ੍ਹਦਾ ਸਾਂ, ਸ਼੍ਰੀ ਅੰਮ੍ਰਿਤਸਰ ਸਾਹਿਬ ਰਾਮ ਬਾਗ ਵਿੱਚੋਂ ਨਾ, ਮੈਂ ਇੱਕ ਦਿਨ ਲੰਘ ਰਿਹਾ। ਭਾਈ ਵੀਰ ਸਿੰਘ ਲਿਖਦੇ, ਕਹਿੰਦੇ ਇੱਕ ਈਸਾਈ ਪਾਦਰੀ ਛੋਟੀ ਉਮਰ ਦੇ ਬੱਚਿਆਂ ਨੂੰ ਇਕੱਠੇ ਕਰਕੇ ਨਾ ਬਾਗ ਦੇ ਵਿੱਚ ਉਹਨੇ ਕਲਾਸ ਲਾਈ ਹੋਈ, ਪੜ੍ਹਾ ਰਿਹਾ ਉਹ ਬੱਚਿਆਂ ਨੂੰ। ਉਹਨਾਂ ਦੇ ਪੜ੍ਹਾਉਣ ਦਾ ਜਿਹੜਾ ਤਰੀਕਾ ਸੀ, ਕਹਿੰਦੇ ਵੀ ਈਸਾਈ ਪਾਦਰੀ ਕਹਿ ਰਿਹਾ ਸੀ, ਬੱਚਿਓ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਰਨ ਵਿੱਚ ਜਾਂਦਾ ਹੈ ਉਹਦੇ 7 ਗੁਨਾਹ ਮਾਫ਼ ਹੁੰਦੇ ਨੇ, ਅਤੇ ਜਿਹੜਾ ਹਜ਼ਰਤ ਈਸਾ ਜੀ ਦੀ ਸ਼ਰਨ ਵਿੱਚ ਜਾਂਦਾ ਹੈ ਉਹਦੇ 70 ਗੁਨਾਹ ਮਾਫ਼ ਹੁੰਦੇ ਨੇ। ਇਵੇਂ ਹੋਇਆ ਵੀ ਜਿਵੇਂ ਅਸੀਂ ਬੱਚਿਆਂ ਨੂੰ ਇਕੱਠੇ ਕਰਕੇ ਪ੍ਰਚਾਰ ਕਰੀਏ, ਪੁੱਤਰ ਜੇ ਆ ਸਾਹਮਣੇ ਵਾਲੀ ਦੁਕਾਨ ਤੋਂ ਰੁਪਏ ਦੀਆਂ ਟੋਫੀਆਂ ਲਓਗੇ ਤਾਂ ਤੁਹਾਨੂੰ 2 ਮਿਲਣਗੀਆਂ, ਉਹ ਜਿਹੜੀ ਅਗਲੀ ਦੁਕਾਨ ਹੈ ਉੱਥੋਂ ਲਓਗੇ 10 ਮਿਲਣਗੀਆਂ, ਅਤੇ ਬੱਚੇ ਨੇ ਉਹਨਾਂ ਆਉਣਾ ਵੀ ਜਿੱਥੋਂ 10 ਟੱਕਰਦੀਆਂ ਉੱਥੇ ਚੱਲੋ, 4 ਕਦਮ ਹੀ, ਫਿਰ ਕਿੱਡਾ। ਇੱਦਾਂ
ਧਰਮਾਂ ਦਾ ਪ੍ਰਚਾਰ ਕੀਤਾ ਜਾਂਦਾ ਵੀ ਸਾਡੀ ਦੁਕਾਨ ਵਧੀਆ, ਉਹ ਆਂਦਾ ਨਹੀਂ ਸਾਡੀ ਦੁਕਾਨ 'ਤੇ 50% ਡਿਸਕਾਊਂਟ ਹੈ, ਉੱਥੇ ਆਓ ਵਧੀਆ ਚੀਜ਼ ਦਿਆਂਗੇ। ਇੱਦਾਂ ਲੋਕ ਕਰਦੇ ਨੇ। ਨਹੀਂ ਤੁਸੀਂ ਸੱਚ ਦੱਸੋ ਮਨੁੱਖਤਾ ਨੂੰ, ਸੱਚ ਕੀ ਹੈ, ਇਹ ਲਾਰੇ ਨਾ ਲਾਓ ਬਈ ਆਹ ਇੱਦਾਂ ਹੁੰਦਾ ਇੱਦਾਂ ਹੁੰਦਾ। ਭਾਈ ਵੀਰ ਸਿੰਘ ਕਹਿੰਦੇ ਵੀ ਜਦੋਂ ਈਸਾਈ ਪਾਦਰੀ ਇਹ ਪ੍ਰਚਾਰ ਕਰ ਰਿਹਾ ਸੀ ਵੀ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਰਨ 'ਚ ਜਿਹੜਾ ਜਾਏਗਾ ਸੱਤ ਗੁਣਾ ਮਾਫ਼, ਜਿਹੜਾ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਰਨ ਨੂੰ ਛੱਡ ਕੇ ਈਸਾ ਜੀ ਕੋਲ ਆਏਗਾ ਉਹਦੇ 70 ਮਾਫ਼, ਅਤੇ ਸੁਭਾਵਿਕ ਬੱਚੇ ਸਮਝ ਗਏ ਵੀ 70 ਵਾਲੇ ਕੋਲ ਚੱਲੋ ਫਾਇਦਾ ਹੈ। ਭਾਈ ਵੀਰ ਸਿੰਘ ਕਹਿੰਦੇ ਵੀ ਮੈਂ ਰੁਕ ਗਿਆ, 9ਵੀਂ ਕਲਾਸ 'ਚ ਪੜ੍ਹਦੇ ਸਨ, ਕਿੰਨੀ ਕੁ ਉਮਰ ਹੋਏਗੀ। ਜਦੋਂ ਰੁਕ ਗਿਆ ਅਤੇ ਕਹਿੰਦੇ ਵੀ ਮੈਂ ਵਾਪਸ ਜਾ ਕੇ ਜਿਹੜਾ ਪੜ੍ਹਾਉਣ ਵਾਲਾ ਈਸਾਈ ਪਾਦਰੀ ਸੀ ਉਹਨੂੰ ਕਿਹਾ ਵੀ ਸਰ ਜਾਂ ਫਾਦਰ ਸਾਹਿਬ, ਇੱਥੇ ਜਿੱਥੇ ਤੁਸੀਂ ਬੋਲ ਰਹੇ ਸੀ ਮੈਨੂੰ 2 ਕੁ ਮਿੰਟ ਬੋਲਣ ਦਾ ਵਕਤ ਦਿਓਗੇ, ਸੁਣਿਓ ਹੁਣ ਉਹਨਾਂ ਦੀ ਗੱਲ। ਭਾਈ ਵੀਰ ਸਿੰਘ ਕਹਿੰਦੇ ਜਿਹੜਾ ਉਹਨਾਂ ਅੱਗੋਂ ਜਵਾਬ ਦਿੱਤਾ ਉਹ ਇਹ ਦਿੱਤਾ ਵੀ ਪੁੱਤਰ, ਅਸੀਂ ਕਿਸੇ ਬੇਗਾਨੇ ਧਰਮ ਦੇ ਬੰਦੇ ਨੂੰ ਆਪਣੀ ਸਟੇਜ 'ਤੇ ਵਕਤ ਟਾਈਮ ਨਹੀਂ ਦਿੰਦੇ, ਬੋਲਣ ਦਾ ਵਕਤ ਅਸੀਂ ਕਿਸੇ ਬੇਗਾਨੇ ਨੂੰ ਨਹੀਂ ਆਪਣੀ ਸਟੇਜ 'ਤੇ ਦੇਈਦਾ। ਇੱਧਰ ਸਾਡੇ ਕੋਈ ਦਾੜ੍ਹੀ ਕਟਾ ਕੇ ਵੀ ਕੇਸ ਕਟਾ ਕੇ ਵੀ ਆ ਜੇ ਸਾਡੀ ਪੰਥਕ ਸਟੇਜ 'ਤੇ ਤਾਂ ਕੋਈ ਗੱਲ ਨਹੀਂ, ਆ ਜਾਓ ਤੁਸੀਂ ਬੜੇ ਵਧੀਆ ਗਾਇਕ ਹੋ, ਕੀਰਤਨ ਕਰ ਲਓ, ਸਾਡੇ ਜਿਹੜਾ ਆਵੇ ਨਾਰਾਜ਼ ਨਹੀਂ ਕਰਨਾ। ਨਹੀਂ ਸਾਡੇ ਵੀ ਕੁਛ ਸਿਧਾਂਤ ਅਸੂਲ ਨੇ, ਪੜ੍ਹੋ ਪੰਥ ਦੀ ਰਹਿਤ ਮਰਜ਼ਾਦਾ ਕੀਰਤਨ ਦਾ ਚੈਪਟਰ ਪੜ੍ਹੋ, ਉਹਦੇ 'ਚ ਲਿਖਿਆ ਵੀ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ, ਅਤੇ ਸਿੱਖ ਦੀ ਪਰਿਭਾਸ਼ਾ ਪੜ੍ਹੋ, ਸਿੱਖ ਕਹਿੰਦੇ ਕਿਹਨੂੰ। ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਬਾਣੀ ਕੋਈ ਵੀ ਨਹੀਂ ਪੜ੍ਹ ਸਕਦਾ, ਆਪਣੇ ਨਿੱਜੀ ਲਾਈਫ ਵਿੱਚ ਸ਼ਖਸੀ ਰਹਿਣੀ ਵਿੱਚ ਜਿਵੇਂ ਮਰਜ਼ੀ ਕੋਈ ਕੀਰਤਨ ਛੱਡ ਕੇ ਭਾਵੇਂ ਜੋ ਮਰਜ਼ੀ ਕਰੀ ਜਾਏ, ਕੋਈ ਇਤਰਾਜ਼ ਨਹੀਂ, ਪਰ ਪੰਥ ਦੀ ਸਟੇਜ ਤੋਂ ਇੱਦਾਂ ਨਹੀਂ। ਇਹ ਸਾਨੂੰ ਪੰਥ ਦੀ ਗੱਲ ਮੰਨਣੀ ਪੈਗੀ, ਸਾਡਾ ਮਾਮਲਾ ਜਿਹੜੀ ਤਾਣੀ ਉਲਝਾਈ ਹੋਈ ਹੈ ਇਹ ਅੱਜ ਦਰੁਸਤ ਹੋ ਜਾਏਗੀ ਜੇ ਅਸੀਂ ਤਕੜੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਇੱਕ ਵਾਰ ਪੜ੍ਹ ਲਈਏ। ਤਾਂ ਪੜ੍ਹੀ ਨਹੀਂ, ਸਾਰੀ ਕਹਾਣੀ ਉਲਝੀ। ਭਾਈ ਵੀਰ ਸਿੰਘ ਨੂੰ ਉਹਨੇ ਜਵਾਬ ਦਿੱਤਾ ਵੀ ਪੁੱਤਰ ਅਸੀਂ ਕਿਸੇ ਆਨ ਮਤ ਦੇ ਬੰਦੇ ਨੂੰ ਨਹੀਂ ਬੋਲਣ ਦਾ ਟਾਈਮ ਦੇ, ਪਰ ਤੇਰੀ ਉਮਰ 'ਤੇ ਮੈਨੂੰ ਤਰਸ ਆਉਂਦਾ ਵੀ ਛੋਟੀ ਉਮਰ ਦਾ, ਕੋਈ ਗੱਲ ਨਹੀਂ ਪੁੱਤ ਆ ਜਾ। ਭਾਈ ਵੀਰ ਸਿੰਘ ਕਹਿੰਦੇ ਮੈਂ ਖੜੋ ਗਿਆ ਅਤੇ ਮੈਂ ਬੱਚਿਆਂ ਨੂੰ ਉਹੀ ਸ਼ਬਦ ਦੁਹਰਾ ਕੇ ਰਿਪੀਟ ਕੀਤੇ ਵੀ ਬੱਚਿਓ ਤੁਹਾਡੇ ਸਾਹਮਣੇ ਹੁਣੇ ਹੁਣੇ ਫਾਦਰ ਸਾਹਿਬ ਇਹ ਗੱਲ ਕਹਿ ਰਹੇ ਸੀ ਵੀ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਰਨ 'ਚ ਜਾਏਗਾ 7 ਗੁਣਾ ਮਾਫ਼, ਜਿਹੜਾ ਹਜ਼ਰਤ ਈਸਾ ਜੀ ਦੀ ਸ਼ਰਨ ਵਿੱਚ ਜਾਏਗਾ 70 ਗੁਣਾ ਮਾਫ਼। ਭਾਈ ਵੀਰ ਸਿੰਘ ਕਹਿੰਦੇ ਵੀ ਮੈਂ ਨਾ 7 ਨਾ 70 ਦੀ ਗੱਲ ਨਹੀਂ ਕਰਨੀ ਚਾਹੁੰਦਾ, ਮੈਂ ਤੁਹਾਨੂੰ ਬੱਚਿਓ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਦੱਸਣੀ ਚਾਹੁੰਦਾ ਵੀ ਇੱਥੇ ਨਾ 7 ਨਾ 70 ਦੀ ਗਿਣਤੀ, ਬਲਕਿ ਇੱਥੇ ਬਚਨ ਹੈ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਬੱਚਿਓ ਜਿੰਨਾ ਸਮੁੰਦਰ ਪਾਣੀ ਨਾਲ ਭਰਿਆ ਕੋਈ ਬੰਦਾ ਇੰਨੇ ਵੀ ਔਗਣ ਕਰ ਲਵੇ ਨਾ ਇੰਨੇ ਵੀ, ਪਰ ਸ਼ਰਤੇ ਵੀ ਉਹ ਇੱਕ ਵਾਰੀ ਆ ਕੇ ਕਹਿ ਦੇਵੇ ਵੀ ਮੇਰੇ ਮਾਲਕਾ ਅੱਗੇ ਤੋਂ ਇਹ ਨਹੀਂ ਅਤੇ ਮੇਰਾ ਜੋ ਪਿੱਛੇ ਹੋਇਆ ਹੈ ਬਖਸ਼ ਦੇ। ਭਾਈ ਵੀਰ ਸਿੰਘ ਕਹਿੰਦੇ ਵੀ ਗੁਰੂ ਏਡਾ ਪਰਉਪਕਾਰੀ ਵੀ ਇੰਨੇ ਪਾਪ ਵੀ ਬਖਸ਼ ਦਿੰਦਾ, ਇੱਥੇ 7 ਅਤੇ 70 ਦੀ ਗਿਣਤੀ ਨਹੀਂ। ਅੱਜ ਸਾਡੀ ਬਦਕਿਸਮਤੀ ਹੈ, ਸਾਡਾ ਯੂਥ, ਸਾਡੀ ਜਨਰੇਸ਼ਨ ਬੱਚੇ ਨਹੀਂ ਪਤਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦਾ ਸਿਧਾਂਤ ਕੀ ਹੈ, ਬਾਣੀ ਕੀ ਕਹਿੰਦੀ ਹੈ। ਉਹਨਾਂ ਨੂੰ ਜਿਹੜਾ ਵੀ ਆ ਕੇ ਆਪਣੀ ਉਂਗਲ ਨਾਲ ਲਾ ਕੇ ਤੁਰਦਾ ਬਣਦਾ ਉਹ ਅਗਲਾ ਲੈ ਜਾਂਦੇ ਆ। ਅਸੀਂ ਜੇ ਗੁਰਬਾਣੀ ਨੂੰ ਘਰਾਂ ਵਿੱਚ ਪਰਿਵਾਰਾਂ ਵਿੱਚ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵ ਜਾਣੀਏ, ਇਹ ਦੁਖਾਂਤ ਨਹੀਂ ਵਾਪਰੇਗਾ। ਪੜ੍ਹੋ, ਭਗਤ ਰਵਿਦਾਸ ਮਹਾਰਾਜ ਕਹਿੰਦੇ ਨੇ ਸਾਧੂ ਕੀ ਜੋ ਲਹਿੇ ਓਟ, ਗੁਰੂ ਦਾ ਜਿੰਨਾ ਓਟ ਆਸਰਾ ਲਿਆ ਤੇਰੇ ਮਿਟੈ ਪਾਪ ਸਭ ਕੋਟ ਕੋਟ, ਤੇਰੇ ਕੀਤੇ ਕਰੋੜਾਂ। ਇੱਥੇ 7 ਨਹੀਂ, ਇੱਥੇ 70 ਨਹੀਂ, ਇੱਥੇ ਕਰੋੜਾਂ ਹੀ, ਕਈ ਕਰੋੜ ਵੀ ਕੋਈ ਕਰਕੇ ਆ ਜਾਏ ਨਾ। ਅਤੇ ਭਗਤ ਰਵਿਦਾਸ ਮਹਾਰਾਜ ਮੋਹਰ ਲਾਉਂਦੇ ਵੀ ਗਰੰਟੀ ਹੈ ਸਾਰੇ ਧੋ ਦੇਗਾ ਗੁਰੂ, ਪਰ ਸ਼ਰਤ ਹੈ ਵੀ ਜੇ ਗੁਰੂ ਦੀ ਗੱਲ ਦੇ ਉੱਪਰ ਯਕੀਨ ਭਰੋਸਾ ਲਿਆ ਕੇ ਜੋ ਗੁਰੂ ਕਹਿੰਦਾ ਉਹ ਤੂੰ ਕਰੇਂਗਾ। ਤਾਂ ਅਸੀਂ ਕਿਸੇ ਨੂੰ ਦੱਸ ਹੀ ਨਹੀਂ ਪਾਏ।
ਅਜੇ ਸਿੱਖਾਂ ਵਿਚਾਰਿਆਂ ਨੂੰ ਆਪ ਹੀ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਹਿੰਦੀ ਹੈ, ਬੇਗਾਨਿਆਂ ਨੂੰ ਕਦੋਂ ਦੱਸਣਗੇ। ਇਹਨਾਂ ਤਾਂ ਬਾਬਿਆਂ 'ਤੇ ਟੇਕ ਟਕਾਈ ਹੈ ਵੀ ਫਲਾਣਾ ਬਾਬਾ ਸਾਡਾ ਹਰ ਵਾਰ ਕੋਤਰੀ 'ਚ ਖੰਡ ਪਾਠ ਧਰ ਦਿੰਦਾ ਉਹ ਰੁਪਈਏ ਮਾਂਝ ਕੇ ਗਾਹ ਹੁੰਦਾ। ਨਹੀਂ, ਅਸੀਂ ਥੋੜ੍ਹਾ ਜਿਹਾ ਵਾਪਸ ਪਰਤੀਏ, ਕੀ ਹੋਇਆ ਸਾਨੂੰ? ਚੰਗੇ ਪਲਿਆਂ ਰੋਟੀ ਖਾਂਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਖੁਸ਼ੀ ਗਮੀ 'ਚ ਵਿਚਰਦੇ ਹਾਂ, ਹਰ ਕੰਮ ਦਾ ਸਾਨੂੰ ਫਿਕਰ ਹੈ। ਜੇ ਫਿਕਰ ਨਹੀਂ ਤਾਂ ਇੱਕ ਧਰਮ ਗੁਰੂਆਂ ਦੇ ਦਿੱਤੇ ਬਾਣੀ ਦੇ ਖਜ਼ਾਨੇ ਦਾ ਕੋਨੀ ਵੀ ਇਹ ਕੀ ਕਹਿੰਦਾ, ਇਹਨੂੰ ਖੋਲ੍ਹ ਕੇ ਪੜ੍ਹੀਏ, ਵਿਚਾਰੀਏ, ਕਿਸੇ ਹੋਰ ਨੂੰ ਵੀ ਦੱਸੀਏ, ਬੱਚਿਆਂ ਨੂੰ ਦੱਸੀਏ, ਨਾ ਇਹਦਾ ਫਿਕਰ ਨਹੀਂ ਕੀਤਾ। ਇਹ ਠੇਕੇ ਚਾੜਿਆ, ਠੇਕੇਦਾਰਾਂ ਨੂੰ ਦਿੱਤਾ ਵੀ ਤੁਹਾਡਾ ਕੰਮ ਹੈ, ਤੁਸੀਂ ਪੜ੍ਹੋ ਨਾ ਪੜ੍ਹੋ, ਅਸੀਂ ਥੋੜ੍ਹਾ, ਸਾਨੂੰ ਤਾਂ ਜਦੋਂ ਕੀਤਾ ਕਰਾਇਆ ਸਾਰਾ ਕੁਝ ਦੇ। ਨਹੀਂ, ਇਹ ਗਲਤ ਰੁਝਾਨ ਹੈ, ਇਹਨੂੰ ਅਸੀਂ ਬਦਲਣਾ। ਤਕੜੇ ਹੋਈਏ, ਆਪ ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਨੂੰ ਵਿਚਾਰੀਏ, ਫਿਰ ਫਾਇਦਾ ਹੋਏਗਾ। ਅਖੀਰ ਵਿੱਚ ਕਹਿੰਦੇ ਨੇ, ਕਹਿ ਰਵਿਦਾਸ ਜੋ ਜਪੈ ਨਾਮ, ਭਗਤ ਰਵਿਦਾਸ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਦਾ ਹੈ, ਤਿਸ ਜ਼ਾਤ ਨਾ ਜਨਮ ਨਾ ਜੋਣ ਕਾਮ, ਉਹਦੀ ਜ਼ਾਤ ਕੋਈ ਵੀ ਹੋਵੇ, ਉਹਦਾ ਜਨਮ ਕਿਸੇ ਬਰਾਦਰੀ ਵਿੱਚ ਕਿਉਂ ਨਾ ਹੋਵੇ, ਪਰ ਨਾਮ ਉਹਦੀ ਜ਼ਾਤ ਬਰਾਦਰੀ ਨਹੀਂ ਵੇਖਦਾ ਵੀ ਇਹ ਫਲਾਣੀ ਜ਼ਾਤ ਦਾ ਫਲਾਣੀ ਦਾ, ਨਹੀਂ, ਉਹਦਾ ਸਭ ਕੁਛ ਧੁੱਪ ਜਾਂਦਾ ਜਿਹੜਾ ਪਰਮਾਤਮਾ ਪ੍ਰਭੂ ਦੇ ਨਾਮ ਨਾਲ ਜੁੜ ਜਾਂਦਾ। ਗੁਰੂ ਮਿਹਰ ਕਰੇ ਅਸੀਂ ਭਗਤ ਜੀ ਦੇ ਇਹਨਾਂ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ, ਤਾਂ ਜੋ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਆਓ, ਗੁਰੂ ਸਵਾਰਿਆਂ ਦੇ ਪਾਸੋਂ ਰੱਬੀ ਬਾਣੀ ਦਾ ਕੀਰਤਨ ਸ਼੍ਰਵਣ ਕਰੀਏ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।